ਬੜਵਈਓ ਤੁਸੀਂ ਮਾਂਝਾ ਬੜਾ ਕਾਂਗਰਸ ਨੂੰ ਫੇਰਿਆ ਨਾ ਨਾ ਤੂੰ ਇਕੱਲਾ ਹੀ ਬਚਿਆ ਨਾ ਨਾ ਮੈਂ ਵਾਪਸ ਨਹੀਂ ਆਇਆ ਤੂੰ ਇਕੱਲਾ ਬਚਿਆ ਜੋ ਟੁਰੇ ਹੋ ਤੁਸੀਂ ਚੰਡੀਗੜ੍ਹ ਤੱਕ ਝਾੜੂ ਹੀ ਫੇਰਦੇ ਗਏ ਹੋ ਆਪ ਸਰਦਾਰ ਮਲਵਾਏ ਮਾਲਵੇ ਜੀ ਵਾਹ ਮਾਂਝਾ ਲੈਣ ਦਿੱਤੀ ਨਹੀਂ ਕੋਈ ਆ ਪੁੱਛ ਲੋ ਭਾਵੇਂ ਆਪਣੇ ਮੁਕਸਰ ਜਿਹੇ ਮੈਂ ਮੈਂ ਤੁਹਾਡੀ 1 ਮਿੰਟ ਸੁਣ ਲੈ ਮੈਂ ਤੁਹਾਡੀ ਇੱਜ਼ਤ ਰੱਖੀ ਆ ਇੱਜ਼ਤ ਨਹੀਂ ਭਾਈ ਮੈਂ ਜੇ ਤੁਹਾਡੇ ਵਰਗਾ ਹੁੰਦਾ ਤਾਂ ਮੈਂ ਆਪਣੇ ਸਹਰੇ ਜਾਣ ਚੋ ਗਵੀ ਨਹੀਂ ਸੀ ਰਹਿਣਾ ਮਣੂ ਮਰਦਈਆਂ ਕਿਹਨੇ ਪਾਉ ਹਾਰ ਕੇ ਆ ਗਿਆ ਓਏ ਤਾੜੀ ਨਾ ਮਾਰੋ ਜਦੋਂ ਮਰਦਈ ਉਹ ਨਹੀਂ ਨਹੀਂ ਇਹ ਤਾੜੀ ਤੇ ਹੁਣ ਭਗਵੰਤ ਦੇ ਵੱਜੂ ਇਹਨਾਂ ਦੇ ਸੁਣਦਾ ਹੀ ਕੋਈ ਨਹੀਂ ਤੇ ਡੀਜੀਪੀ ਤੇ ਪਹਿਲਾਂ ਜਿਹੜਾ ਆ ਗਿਆ ਉਹਦਾ ਇੱਕ ਹੱਥ ਆਪਣੀ ਟੋਪੀ ਤੇ ਹੁੰਦਾ ਤੇ ਇੱਕ ਉਹਦਾ ਕੁਰਸੀ ਤੇ ਹੁੰਦਾ ਕਿ ਜੇ ਮੈਂ ਕੁਝ ਕਰਤੇ ਨੇ ਹੁਣੇ ਖਿੱਚ ਕੇ ਪਿੱਛੇ ਨੂੰ ਲੈ ਜਾਣੀ ਹੈ ਮਰਦਈਓ ਤੁਸੀਂ ਮਾਂਝਾ ਬੜਾ ਕਾਂਗਰਸ ਨੂੰ ਫੇਰਿਆ ਨਾ ਨਾ ਤੂੰ ਇਕੱਲਾ ਹੀ ਬਚਿਆ ਨਾ ਨਾ ਮੈਂ ਵਾਪਸ ਨਹੀਂ ਆਇਆ ਤੂੰ ਇਕੱਲਾ ਬਚਿਆ ਜੋ ਤੁਰੇਓ ਤੁਸੀਂ ਚੰਡੀਗੜ੍ਹ ਤੱਕ ਝਾੜੂ ਹੀ ਫੇਰਦੇ ਗਏ ਹੋ ਤਾਂ ਹੁਣ ਇਦਾਂ ਹੀ ਕਰਦੇ ਜਾਓ ਚੰਡੀਗੜ੍ਹੋਂ ਸ਼ੁਰੂ ਕਰੋ ਤੇ ਅਖੀਰ ਤੱਕ ਝਾੜੂ ਫੇਰਦੇ ਲੈ ਜਾਓ ਇਹਨਾਂ ਦਾ 192 ਇੱਕ ਬੰਦਾ ਨਾ ਜਤਨ ਦਿਓ ਆਪ ਸਰਦਾਰ ਮਲਵਾਏ ਮਾਲਵੇ ਜੀ ਵਾਹ ਮਾਝਾ ਲੈਣ ਦਿੱਤੀ ਨਹੀਂ ਕੋਈ ਆ ਪੁੱਛ ਲੋ ਭਾਵੇਂ ਆਪਣੇ ਮੁਕਸਰ ਜਿਹੜੇ ਮੈਂ ਮੈਂ ਤੁਹਾਡੀ ਇੱਕ ਮਿੰਟ ਸੁਣ ਲੈ ਮੈਂ ਤੁਹਾਡੀ ਇੱਜ਼ਤ ਰੱਖੀ ਆ ਇੱਥੇ ਨਹੀਂ ਭਾਈ ਮੈਂ ਜੇ ਤੁਹਾਡੇ ਵਰਗਾ ਹੁੰਦਾ ਤਾਂ ਮੈਂ ਆਪਣੇ ਸਹੁਰੇ ਜਾਣ ਜੋਗਾ ਵੀ ਨਹੀਂ ਸੀ ਰਹਿਣਾ ਮੈਨੂੰ ਮਲਵਾਈਆਂ ਕਹਿਣੇ ਪਾਉ ਹਾਰ ਕੇ ਆ ਗਿਆ ਓਏ ਤਾੜੀ ਨਾ ਮਾਰੋ ਜਦੋਂ ਮਲਵਾਈ ਉਹ ਨਹੀਂ ਨਹੀਂ ਇਹ ਤਾੜੀ ਤੇ ਹੁਣ ਭਗਵੰਤ ਦੇ ਵੱਜੂ ਕਦੀ 3 ਸਾਲ 1.5 ਸਾਲ ਦੇ ਵਿੱਚ ਇਦਾਂ ਦੇ ਇਕੱਠ ਨਹੀਂ ਹੁੰਦੇ ਫ੍ਰੀਡ ਕੋਟਵਾਲ ਤੁਹਾਨੂੰ ਮੈਂ ਮੁਬਾਰਕਬਾਦ ਦਿੰਦਾ ਆਜ਼ਾਦੀ ਦੇ ਵਿੱਚ ਵੀ ਤੁਸੀਂ ਸਤੋਂ ਮੋਰੇ ਹੋ ਕੇ ਚੱਲੇ ਸੀ ਤੇ ਅੱਜ ਵੀ ਆਜ਼ਾਦ ਕਰੋਨਾ ਤੁਸੀਂ ਪੰਜਾਬੀਓ ਤੇ ਇਥੋਂ ਬਠਿੰਡੇ ਵਾਲੇ ਫਰੀਦਕੋਟਿਆ ਦੇ ਲੈਣੇ ਬੱਬੂ ਜੀ ਬਰਾੜ ਸਾਹਿਬ ਵੱਡੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਇੱਕੋ ਪਰਾ ਚਿੱਟੀ ਪੱਗ ਬਣ ਕੇ ਸਾਡੇ ਨਾਲ ਖਲੋਤਾ ਹੈ ਤੇ ਸਭ ਪੱਗਾ ਪੁਗਾ ਕਰ ਰਹੇ ਨੇ ਇਹਨੇ ਆਪ ਦੀ ਬਾਪ ਦੀ ਪੱਗ ਨੂੰ ਚਿੱਟੀ ਰੱਖਿਆ ਤੇ ਦਲੋਂ ਸਾਹਿਬ ਤੁਸੀਂ ਹੁਣੇ ਬੋਲ ਕੇ ਕਿੱਥੇ ਚਲੇ ਗਏ ਤੇਰਾ ਤੇਰਾ ਯਾਰ ਤੇ ਹੁੰਦਾ ਸੀ ਸਤੋਜ ਇਹਦਾ ਬੜਾ ਯਾਰ ਸੀ ਮੈਂ ਬਤਾਈ ਤੈਨੂੰ ਇਸ ਗੱਲ ਦੀ ਢੇੜੀ ਆ ਕਿ ਮਰਦਾਂ ਵਾਲੀ ਗੱਲ ਕੀਤੀ ਮੈਨੂੰ ਪਤਾ ਇਹਨੂੰ ਕਿਹਾ ਕਿ ਤੂੰ ਆੜ ਕੇ ਮੈਨੂੰ ਇੱਕ ਵਾਰ ਮਿਲ ਜਾ ਤੇ ਮੈਂ ਵੈਸੇ ਹੀ ਮੈਂ ਕਿਹਾ ਵੇਖਦੇ ਕਿ ਕੀ ਕੀ ਕਰਦਾ ਮੈਂ ਕਿਹਾ ਮਿਲਿਆ ਕਹਿੰਦਾ ਕੁਸ਼ਲਦੀਪ ਢਿੱਲੋਂ ਜਿਹੜਾ ਉਹ ਨਹੀਂ ਮਿਲੂ ਕਹਿੰਦਾ ਜੇਲ੍ਹ ਚ ਜਾਉ ਤੇ ਜਦੋਂ ਟਾਈਮ ਆਇਆ ਤੇ ਕਹਿੰਦਾ ਦੀ ਮੈਂ ਚੀਕਾਂ ਕਢਾ ਦੂੰ ਆਹ ਹੋਣੀ ਚਾਹੀਦੀ ਮਰਦਾਂ ਵਾਲੀ ਗੱਲ ਜਿੰਦਾਬਾਦ ਕਿੱਕੀ ਜਿੰਦਾਬਾਦ ਜਿੰਦਾਬਾਦ ਕਿੱਕੀ ਜਿੰਦਾਬਾਦ ਜਿੰਦਾਬਾਦ ਕੋ ਮਰਦ ਉਹ ਹੁੰਦਾ ਜਿਹੜਾ ਡਰੇ ਨਾ ਤੇ ਤਲਵੇ ਚੱਟਣ ਵਾਲੇ ਤੇ ਕਈ ਮਿਲ ਜਾਂਦੇ ਨੇ ਮਰਦ ਬਣ ਕੇ ਰੋ ਕੋਈ ਕੁਛ ਨਹੀਂ ਵਿਗਾੜ ਸਕਦਾ ਇਹ ਤੋਂ ਹੀ ਵੇਖੋ ਇਹਨਾਂ ਦਾ ਬਣਦਾ ਕੀ ਆ ਇਹ 92 ਕਹਿੰਦੇ ਹੋ ਨਾ ਅੱਜ ਹੁਣੇ ਮੈਨੂੰ ਲੱਖਾਂ ਗੱਲ ਕਰਦਾ ਸੀ ਜਿਹੜੇ 92 93 ਹੁੰਦੇ ਹੁੰਦੀਆਂ ਨਾ ਉਹ ਬਾਜਰ ਇੱਕ ਅੱਧਾ ਹੀ ਰਹਿ ਜਾਂਦਾ ਹੁੰਦਾ ਮੈਂ ਦੁਬਾਰਾ ਤੁਹਾਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਦਾ ਭਲੇਖਾ ਲੋਕਾਂ ਚੋਂ ਨਿਕਲ ਗਿਆ ਜਿਹੜੇ ਕਹਿੰਦੇ ਬਦਲਾਅ ਲੈ ਚਾਹਂਗੇ ਬਦਲਾਅ ਤੇ ਨਹੀਂ ਨਾ ਬਦਲਾ ਵੀ ਨਾ ਮੈਂ ਕਹੂੰਗਾ ਤੇ ਜਿਹੜੀ ਢਿਲੋ ਸਾਹਿਬ ਤੁਸੀਂ ਇੱਕ ਗੱਲ ਕੀਤੀ ਸਭ ਤੋਂ ਵਧੀਆ ਮੈਨੂੰ ਉਹ ਲੱਗੀ ਆ ਕਿ ਆ ਜਿਹੜੇ ਬੈਠੇ ਨੇ ਨਾ ਜੇ ਇਹਨਾਂ ਨੂੰ ਅਸੀਂ ਭੁੱਲ ਗਏ ਤੇ ਸਾਡੇ ਤੋਂ ਵੱਡਾ ਅਕਿਰਤ ਕੰਨ ਕੋਈ ਨਹੀਂ ਹੋ। ਆ ਮੇਰੀਆਂ ਭੈਣਾਂ ਬੈਠੀਆਂ ਨੇ ਮੈਂ ਮੁਬਾਰਕਬਾਦ ਦਿੰਨਾ ਕਿ ਜਿਹੜੀ ਤੁਸੀਂ ਤਦਾਦ ਚਾਹੀਆਂ ਜੀ ਤੇ ਜਦੋਂ ਵਰਕਰ ਦੇ ਉੱਤੇ ਜੇ ਹਾਰਦੇ ਆ ਤੇ ਵਰਕਰ ਸੀਨਾ ਤਾਣ ਕੇ ਟੁੱਟਦਾ ਤੇ ਜੇ ਅਸੀਂ ਹਾਰ ਜਾਂਦੇ ਆ ਤੇ ਵਰਕਰ ਕਈ ਕਈ ਦਿਨ ਘਰੋਂ ਨਹੀਂ ਨਿਕਲਦਾ ਤੇ ਇਹ ਅੱਜ ਜਿਹੜੇ ਆਏ ਨੇ ਇਹ ਮਰਜੀਵੜੇ ਨੇ ਸਾਡੇ ਇਹਨਾਂ ਦੇ ਕਰਕੇ ਫਿਰ ਕਾਂਗਰਸ ਜਿਹੜੀ ਅੱਜ ਖੜੀ ਕਰ ਦਿੱਤੀ ਤੁਸੀਂ ਫਰੀਦਕੋਟ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਫਿਰ ਤੁਹਾਨੂੰ ਜੇ ਤੇ ਹੋਵੇ ਦਿੱਲੀ 'ਚ ਇਹ ਕਹਿ ਦਿੰਦਾ ਸਾਡੇ ਨਾਲ ਧੱਕਾ ਹੋਇਆ ਤੇ ਜੇ ਕਿਸੇ ਪੰਜਾਬ ਦੇ ਲੀਡਰ ਨੂੰ ਫੜਦੇ ਆ ਤੇ ਕਹਿੰਦਾ ਅਸੀਂ ਇਨਕਲਾਬ ਲੈ ਕੇ ਆ ਰਹੇ ਆ ਭਗਵੰਤ ਮਾਨਾ ਜੇ ਤੇ ਸਫਲ ਹੋ ਜਾਓ ਤੇ ਫੇਰ ਤੇ ਇਨਕਲਾਬ ਇਹ ਤੇਰੇ ਇਨਕਲਾਬ ਚ ਹੁਣ ਬਗਾਵਤ ਹੋਏਗੀ ਪੰਜਾਬ ਚ ਤੇਰੀਆਂ ਗਲਤ ਨੀਤੀਆਂ ਜਿਹੜੀਆਂ ਅਸੀਂ ਨਹੀਂ ਚੱਲਣ ਦੇਵਾਂਗੇ ਤੈਨੂੰ ਠੋਕੇ ਜਵਾਬ ਦੇਵਾਂਗੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੱਕੀ ਜੀ